ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਅੱਜ ਅਸੀਂ ਮੌਜੂਦ ਹਾਂ ਪਿਕਨਿਕ ਵਾਲੇ ਕੈਨੋਲੇ 'ਚ ਅਤੇ ਇਹ ਜਿਹੜਾ ਤੁਸੀਂ ਦੇਖ ਰਹੇ ਹਾਂ ਇਹਦੀ ਅੱਜ ਉਮਰ ਹੋ ਚੁੱਕੀ ਹੈ 120 ਦਿਨ ਅਤੇ ਯਾਨੀ ਕਿ 4 ਮਹੀਨੇ ਦਾ ਹੋ ਗਿਆ ਟੋਟਲ ਰਾਇਆ ਜਾਂ ਕੈਨੋਲਾ ਇਹ ਫਸਲ ਹੁੰਦੀ ਹੈ ਤਕਰੀਬਨ 120 ਦਿਨ ਤੋਂ ਲੈ ਕੇ ਅਤੇ 135 ਦਿਨ ਦੀ ਅਤੇ ਅਸੀਂ ਸਭ ਤੋਂ ਪਹਿਲੀ ਗੱਲ ਕਿ ਇਹਨੂੰ ਲਾਇਆ ਇਹਦੇ 'ਤੇ 42 ਇੰਚ ਦੇ ਬੈਡ 'ਤੇ ਇਹਨੂੰ ਕੋਈ ਵੀ ਖਾਦ ਕੋਈ ਵੀ ਸਪਰੇਅ ਅਸੀਂ ਯੂਜ਼ ਨਹੀਂ ਕੀਤੀ ਅਤੇ ਪਹਿਲੇ ਜਿਹੜੇ ਇਹਦੇ 50 ਦਿਨ ਸੀਗੇ ਉਹ 50 ਮੁਕੰਮਲ ਹੋਣ 'ਤੇ ਅਸੀਂ ਉਹਨੂੰ ਪਹਿਲਾਂ ਪਾਣੀ ਦਿੱਤਾ ਅਤੇ ਇਹਦੀਆਂ 2 ਲੈਣਾ ਵਾ ਅਤੇ ਬਾਕੀ ਇਹ ਕਿ ਖਾਦ ਵੀ ਕੋਈ ਨਹੀਂ ਸਪਰੇ ਕੋਈ ਨਹੀਂ ਯਾਨੀ ਕਿ ਕੋਈ ਵੀ ਇਹਦਾ ਇਜ਼ਾਫੀ ਖਰਚਾ ਨਹੀਂ ਹੈਗਾ ਤਕਰੀਬਨ 15-18 ਹਜ਼ਾਰ ਰੁਪਇਆ ਟੋਟਲ ਇਹਦਾ ਫੀ ਏਕੜ ਖਰਚਾ ਹੁਣ ਤੱਕ ਅਤੇ ਅੱਜ ਇਹ ਹੋ ਗਿਆ 28 ਜਨਵਰੀ ਅਤੇ ਅਗਲੇ ਹਫ਼ਤੇ 10 ਦਿਨ ਦੇ ਵਿੱਚ ਤੁਸੀਂ ਦੇਖ ਰਹੇ ਹਾਂ ਕਿ ਭਰਪੂਰ ਤਰੀਕੇ ਨਾਲ ਪੱਕ ਗਿਆ ਇਹਦੀ ਫਲੀ ਬਹੁਤ ਸਿਹਤਮੰਦ ਆ ਇਹਦੇ ਅੰਦਰ ਦਾਣੇ ਜਿਹੜਾ ਵਾ ਬਹੁਤ ਅੱਛੇ ਤਰੀਕੇ ਨਾਲ ਬਣ ਰਿਹਾ ਫਿਰ ਇਸ ਤੋਂ ਇਲਾਵਾ ਇਹ ਕਿ ਇਹ ਬਿਲਕੁਲ ਨੈਚੁਰਲ ਆ ਜਦੋਂ 100% ਨੈਚੁਰਲ ਹੋਏਗਾ ਖਾਣ ਪੀਣ ਦੇ ਹਵਾਲੇ ਨਾਲ ਆਇਲ ਦੇ ਹਵਾਲੇ ਨਾਲ ਇਹ ਬਹੁਤ ਸਿਹਤਮੰਦ ਹੋਏਗਾ ਅਤੇ ਬਾਕੀ ਅਗਰ ਕਿਸੇ ਦੋਸਤ ਨੂੰ ਜ਼ਰੂਰਤ ਹੋਵੇ ਤਾਂ ਅਸੀਂ ਉਹਨੂੰ ਇਹ ਦੇ ਵੀ ਸਕਦੇ ਹਾਂ ਅਤੇ ਬਾਕੀ ਇਹ ਹੈ ਕਿ ਇਹਦੀ ਬਾਕੀ ਜਿਹੜੀਆਂ ਚੀਜ਼ਾਂ ਵਾ ਤੁਹਾਡੇ ਨਾਲ ਅਸੀਂ ਪਿਛਲੀਆਂ ਵੀਡੀਓ 'ਚ ਸ਼ੇਅਰ ਕਰਦੇ ਰਹੇ ਹਾਂ ਅਤੇ ਅਗਲੀ ਵੀਡੀਓ ਦੇ ਵਿੱਚ ਜਦੋਂ ਅਸੀਂ ਇਹਨੂੰ ਕੱਢਾਂਗੇ ਇਹਦੀ ਔਸਤ ਆਏਗੀ ਪੈਦਾਵਾਰ ਆਏਗੀ ਅਤੇ ਫਿਰ ਉਹ ਦੋਸਤਾਂ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ।